ਜੀ ਤਾਂ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਜਨਾਬ ਕੀ ਹਾਲ ਹੈ ਜੀ? ਉਮੀਦ ਕਰਦਾ ਸਾਰੇ ਦੋਸਤ ਠੀਕ ਠਾਕ ਹੋਣਗੇ। ਜਨਾਬ ਅੱਜ ਟਾਈਮ ਹੈ ਜੀ 10 ਦਾ ਤਕਰੀਬਨ ਟਾਈਮ ਹੋਊਗਾ ਜਦੋਂ ਅਸੀਂ ਵੀਡੀਓ ਬਣਾ ਰਹੇ ਹਾਂ, ਅਤੇ ਬਾਰਿਸ਼ ਲੱਗੀ ਹੈ ਭਾਈ ਜਨ। ਤਾਂ ਬਾਰਿਸ਼ ਲੱਗੀ ਸੁਬਹ ਤਕਰੀਬਨ 5 ਵਜੇ ਜੀ, ਸੁਬਹਾ ਸਰਗੀ ਦੇ ਟਾਈਮ 'ਤੇ ਬਾਰਿਸ਼ ਲੱਗੀ ਹੈ। ਅਤੇ ਬਾਰਿਸ਼ ਮੇਰਾ ਖਿਆਲ ਹੈ ਕਿ ਭਾਈ ਜੀ ਇਹ ਲੰਮੀ ਜਾਣ ਵਾਲੀ ਹੈ, ਕਿਉਂਕਿ ਪਹਿਲੇ ਬਾਰਿਸ਼ ਹੁੰਦੀ ਹੈ ਇੱਥੇ ਥੋੜ੍ਹੀ ਦੇਰ ਹੋਈ, ਘੰਟਾ ਹੋਇਆ ਅੱਧਾ ਹੋਇਆ ਬੰਦ ਹੋ ਜਾਂਦੀ ਹੈ। ਅਤੇ ਇਹ ਬਾਰਿਸ਼ ਭਾਈ ਜੀ ਸੁਬਹ ਦੀ ਲੱਗੀ ਹੈ ਅਤੇ ਹਟਣ ਵਾਲਾ ਨਾ ਹੀ ਨਹੀਂ ਲੈਂਦੀ। ਅਤੇ ਬਾਰਿਸ਼ ਭਾਈ ਜੀ ਹਲੇ ਵੀ ਕਾਫੀ ਤੇਜ਼ ਚੱਲ ਰਹੀ ਹੈ। ਬਾਹਰ ਚੈੱਕ ਕਰ ਲਓ, ਇਸ ਸਾਈਡ 'ਤੇ ਖੈਰ ਨਜ਼ਰ ਨਹੀਂ ਆਉਣੀ, ਅਤੇ ਉਹ ਸਾਹਮਣੇ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਚੈੱਕ ਕਰਾ ਦਿੰਦੇ ਹਾਂ। ਚੈੱਕ ਕਰੋ, ਬਾਰਿਸ਼ ਹਲੇ ਵੀ ਕਾਫੀ ਤੇਜ਼ ਲੱਗੀ ਹੈ ਅਤੇ ਦੂਜੇ ਨੰਬਰ 'ਤੇ ਬੱਦਲ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ। ਇਹ ਚੈੱਕ ਕਰ ਲਓ, ਬੱਦਲ ਵੀ ਹਲੇ ਤੱਕ ਆਪਣੀ ਜਗ੍ਹਾ 'ਤੇ, ਉਹ ਵੀ ਹਿੱਲਣ ਵਾਲੀ ਗੱਲ ਕੋਈ ਨਹੀਂ। ਅਤੇ ਕਾਫੀ ਦੋਸਤ ਜਿਹੜੇ ਹਨ ਉਹ ਕਹਿ ਰਹੇ ਨੇ ਕਿ ਇਹ ਬਾਰਿਸ਼ ਅੱਛੀ ਹੈ ਅਤੇ ਫਸਲਾਂ ਵਾਸਤੇ, ਅਤੇ ਵੈਸੇ ਮੌਸਮ ਵਾਸਤੇ ਵੀ ਠੀਕ ਹੈ। ਅਤੇ ਕੋਈ ਦੋਸਤ ਵਿੱਚ ਕਹਿ ਰਹੇ ਨੇ ਕਿ ਇਹ ਬਾਰਿਸ਼ ਜਿਹੜੀ ਹੈ ਨੁਕਸਾਨ ਵੀ ਕਰ ਸਕਦੀ ਹੈ, ਕਿਉਂਕਿ ਜਿਹੜਾ ਮੌਸਮ ਮਹਿੰਗਾ, ਜੇ ਜ਼ਿਆਦਾ ਦੇਰ ਬਾਰਿਸ਼ ਲੱਗੀ ਰਹੀ ਅਤੇ ਇਹ ਜਿਹੜਾ ਨਾ ਦਰਿਆ ਕਹਿ ਰਹੇ ਨੇ, ਦਰਿਆਵਾਂ ਦੇ ਵਿੱਚ ਪਾਣੀ ਆ ਜਾ ਸੀ, ਅਤੇ ਸੈਲਾਬ ਆਉਣ ਦਾ ਚੱਕਰ ਵੀ ਹੋ ਸਕਦਾ। ਅਤੇ ਤੁਸੀਂ ਦੋਸਤਾਂ ਨੇ ਕਮੈਂਟਸਾਂ 'ਚ ਦੱਸਣਾ ਜੀ ਕੀ ਮਸਲਾ ਕਿ ਬਿਹਤਰ ਹੈ ਬਾਰਿਸ਼ ਜਾਂ ਇਹ ਨੁਕਸਾਨ ਦੇ। ਜੇਕਰ ਥੋੜ੍ਹੀ ਥੋੜ੍ਹੀ ਤਾਂ ਆਉਂਦੀ ਰਹੇ ਤਾਂ ਉਹ ਸਾਰਿਆਂ ਨੂੰ ਪਤਾ ਮੌਸਮ ਸਹੀ ਰਹੇਗਾ, ਤਾਂ ਹਲਕਾ ਫੁਲਕਾ ਮੌਸਮ ਵਾਸਤੇ ਫਸਲਾਂ ਵਾਸਤੇ ਵੀ ਠੀਕ ਹੈ। ਜੇ ਅਗਰ ਜ਼ਿਆਦਾ ਹੋਵੇ ਤਾਂ ਫਿਰ ਤਾਂ ਯਾਰ ਨੁਕਸਾਨ ਹੀ ਹੋ ਸਕਦਾ, ਕਿਉਂਕਿ ਜਿਹੜਾ ਨਾ ਜੇਕਰ ਬਾਰਿਸ਼ ਦਾ ਪਾਣੀ ਇਕੱਠਾ ਹੋ ਕੇ ਸੈਲਾਬ ਦੀ ਸ਼ਕਲ ਇਸ਼ਤਿਹਾਰ ਕਰ ਲਵੇ ਅਤੇ ਕਿਸਾਨ ਭਾਈ ਵੀ ਜ਼ਿਆਦਾ ਮੁਤਾਸਰ ਹੁੰਦੇ ਨੇ, ਲੇਕਿਨ ਉਸ ਦੇ ਨਾਲ ਨਾਲ ਜਿਹੜਾ ਨਾ ਹੋਰ ਵੀ ਕਾਫੀ ਦੋਸਤਾਂ ਦੇ ਜਿਹੜੀ ਹੈ ਨਾ ਨੁਕਸਾਨ ਹੁੰਦੇ ਨੇ, ਜਿਹੜੇ ਆ ਮਸਲ ਦਰਿਆ ਦੇ ਨਾਲ ਨਾਲ ਜਿਹਨਾਂ ਦਾ ਘਰ ਹੈ ਜਾਂ ਉਸ ਤੋਂ ਬਾਅਦ ਜਿਹਨਾਂ ਦੀਆਂ ਫਸਲਾਂ ਨੇ। ਅਤੇ ਕਿਉਂਕਿ ਅੱਗੇ ਵੀ ਕਾਫੀ ਦਫ਼ਾ ਸੈਲਾਬ ਆਇਆ ਸਾਡੇ ਪਾਕਿਸਤਾਨ ਦੇ ਵਿੱਚ, ਡੈਮ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਡੈਮ ਫਿਰ ਅਧੂਰਾ ਹੀ ਰਹਿ ਜਾਂਦਾ, ਅਤੇ ਕਿਉਂਕਿ ਜਿਹੜਾ ਨਾ ਉਹ ਵੀ ਅੱਜ ਤੱਕ ਸਾਡਾ ਮੁਕੰਮਲ ਨਹੀਂ ਹੋਇਆ। ਅਤੇ ਉਸ ਤੋਂ ਬਾਅਦ ਜਿੰਨਾ ਬਿਜਲੀ ਜਿਹੜੀ ਉਹ ਵੀ ਸਾਡੀ ਤਾਂ ਹੀ ਮਹਿੰਗੀ, ਕਿਉਂਕਿ ਡੈਮ ਕੋਈ ਨਹੀਂ। ਜੇ ਡੈਮ ਬਣ ਜਾਵਣ ਤਾਂ ਫਿਰ ਤਾਂ ਬਿਜਲੀ ਵੀ ਸਸਤੀ ਹੋ ਜਾਵੇ, ਅਤੇ ਇਹ ਜਿਹੜਾ ਨੁਕਸਾਨ ਹੁੰਦਾ ਸਾਲ ਦੇ ਸਾਲ ਸੈਲਾਬ ਵਾਲਾ, ਇਹ ਵੀ ਜਿਹੜਾ ਨਾ ਕੋਈ ਨਾ ਹੋਵੇ। ਅਤੇ ਚਲੋ ਅੱਲਾਹ ਖੈਰ ਕਰੇ ਜੀ, ਅਤੇ ਸਾਡੀ ਤਾਂ ਦੁਆ ਹੈ ਆਪਣੇ ਪਾਕਿਸਤਾਨ ਵਾਸਤੇ, ਆਪਣੇ ਪਾਕਿਸਤਾਨ 'ਚ ਰਹਿਣ ਵਾਲਿਆਂ ਵਾਸਤੇ, ਅਤੇ ਅੱਲਾਹ ਤਾਲਾ ਰਹਿਮ ਹੀ ਕਰੇ ਅਤੇ ਜਿਹੜੀ ਵੀ ਬਾਰਿਸ਼ ਹੋ ਰਹੀ ਹੈ ਰਹਿਮਤ ਦੀ ਹੋਵੇ ਅਤੇ ਜ਼ਹਿਮਤ ਦੀ ਨਾ ਹੋਵੇ। ਅਤੇ ਇਹਦੇ ਨਾਲ ਹੀ ਜਨਾਬ ਮੈਨੂੰ ਦਿਓ ਇਜਾਜ਼ਤ, ਬਸ ਦਰ ਇਨਸ਼ਾਅੱਲਾ, ਅੱਲਾਹ ਹਾਫਿਜ਼।